ਵੈਲਕਮ ਆ ਦੋਸਤੋ ਆਪਣਾ ਯੂਟਿਊਬ ਚੈਨਲ ਮੋਡੀਫਾਈ ਜੋਨ 'ਤੇ। ਅਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਅਸੈਸਰੀ ਬਣਾਉਣ ਚੱਲੇ ਹਾਂ, ਜਿਹੜੀ ਕਿ ਮਿਊਜ਼ਿਕ ਪਲੇਅਰ ਵਾਲੀ ਲੱਗਣੀ ਆ ਆਪਣੇ ਏ ਸੀ ਕੈਬਨ ਦੇ ਵਿੱਚ। ਅਤੇ ਬਾਕੀ ਆਪਾਂ ਆਪਣੇ ਟਰੈਕਟਰ ਕੋਲ ਚੱਲ ਕੇ ਦੇਖਦੇ ਹਾਂ ਜਾ ਕੇ ਵੀ ਲਗਵੀਰ ਹੋਣੀਆਂ ਨੇ ਕੈਬਨ ਦਾ ਕਿੰਨਾ ਕੁ ਕੰਮ ਕੰਪਲੀਟ ਕਰਿਆ। ਅਤੇ ਚਲੋ ਜੀ ਆਪਾਂ ਆ ਗਏ ਸੈਰ ਭਦੌੜ ਅਰਜੈਂਟ ਲੋਆਈ ਵਾਲਾ ਸਿੰਗਰ ਵਾਲਾ ਸੈਰ ਭਦੌੜ। ਬੰਦਾ ਅੱਜ ਨਾਲ ਨਵਾਂ ਗਾ ਪਾਲੀ ਧਾਲੀ ਵਾਲਾ, ਇਹਨੂੰ ਲੈ ਕੇ ਆਇਆ ਸਮਾਨ ਲੈ ਕੇ ਆਪਾਂ ਚੱਲੇ ਹਾਂ। ਚੱਲਦੇ ਹਾਂ ਅੰਦਰ ਆਪਾਂ ਦੇਖਦੇ ਹਾਂ ਵੀ ਕੈਬਨ ਦੇ ਵਿੱਚ ਹੈ ਜਾਂ ਕੋਈ ਨਹੀਂ। ਕਿੱਥੇ ਲਖਵੀਰ ਵੀਰ ਹੋਣੀ ਬਾਹਰ ਨਹੀਂ? ਆਪਾਂ ਆ ਗਏ ਬਾਈ ਹੁਣ ਦੀ ਵਰਕ ਸ਼ਾਪ ਵਿੱਚ ਅਤੇ ਦੇਖਦੇ ਹਾਂ ਕਿੰਨਾ ਕੁ ਕੰਮ ਹੋਇਆ। ਵਰਕ ਸ਼ਾਪ ਵਿੱਚ ਆਪਣੇ ਟਰੈਕਟਰ ਦੇ ਅੱਗੇ ਖੜ੍ਹੀ ਆ ਬੱਸ ਲੱਗੀ, ਉਹਦੇ ਬੈਕ ਸਾਈਡ ਆਪਣਾ ਟਰੈਕਟਰ, ਅੱਗੇ ਚੱਲ ਕੇ ਦੇਖਦੇ ਹਾਂ। ਲਓ ਜੀ ਆ ਖੜ੍ਹਾ ਆਪਣਾ ਟਰੈਕਟਰ ਅਤੇ ਇਹਦੇ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਕੰਪਰੈਸਰ ਵਾਲੀ ਪੁਲੀ ਫਿੱਟ ਕਰਤੀ, ਅਤੇ ਇਹ ਵੀ ਵੀਰ ਹੁਣੇ ਨੇ ਰਿਜਨਲੀ ਮੰਗਵਾਈ ਸੀ। ਅਤੇ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਕੰਪਰੈਸਰ ਵਾਲਾ ਜਿਹੜਾ ਪੈਰ ਸੀ ਉਹ ਵੀ ਫਿਟਿੰਗ ਹੋ ਗਿਆ। ਇਹ ਦੋਨੋਂ ਪਾਰਟ ਜੈਨੂਇਨ ਨੇ ਅਤੇ ਏਜੰਸੀ ਦੇ ਵਿੱਚੋਂ ਹੀ ਮੰਗਵਾਏ ਨੇ। ਬਾਕੀ ਆਪਣੇ ਕੈਬਨ ਦਾ ਤੁਸੀਂ ਦੇਖ ਸਕਦੇ ਹੋ ਜਿਹੜਾ ਉੱਪਰਲਾ ਬੇਸ ਆ ਉਹ ਬਣ ਕੇ ਤਿਆਰ ਹੋ ਗਿਆ, ਅਤੇ ਅੱਗਿਓਂ ਵੀ ਕਾਫੀ ਜਿਹੜਾ ਕਾਫੀ ਸਾਰਾ ਤਿਆਰ ਹੋ ਗਿਆ। ਅਤੇ ਬੈਕ ਸਾਈਡ ਉਹ ਜਗ੍ਹਾ ਆ ਗਈ ਆਪਣੇ ਕੈਬਨ ਦੇ ਵਿੱਚ ਜਿੱਥੇ ਆਪਣੇ ਬਲੋਰ ਫਿੱਟ ਹੋਣੇ ਨੇ, ਆ ਤੁਸੀਂ ਦੇਖ ਸਕਦੇ ਹੋ ਜੂਮ ਕਰਕੇ ਮੈਂ ਦਿਖਾਉਣਾ। ਬੈਕ ਸਾਈਡ ਜਿੱਥੇ ਆਪਾਂ ਇੱਥੋਂ ਫਿਟਿੰਗ ਹੋ ਕੇ ਕੈਬਨ ਦੇ ਪੈਰ ਵਗੈਰਾ ਜੋ ਨੇ ਉਹ ਵੀ ਲੱਗ ਗਏ, ਅਤੇ ਜਿਹੜੇ ਆਪਾਂ ਉਹਦੇ ਤੁਹਾਨੂੰ ਬੂਟ ਦਿਖਾਏ ਸੀਗੇ ਜੇ ਸੀ ਬੀ ਵਾਲੇ ਪੈਰ ਉਹ ਵੀ ਲਾ ਦਿੱਤੇ ਗਏ ਨੇ। ਆਹ ਵਾਲਾ ਪਲੇਟਫਾਰਮ ਜਿਹਦੇ 'ਤੇ ਪਾਏਦਾਨ ਬਣਨੇ ਨੇ ਆਪਣੇ ਓਰੀਜਨਲ ਪਾਏਦਾਨ ਇੱਥੋਂ ਲੈ ਜਾਣੇ ਨੇ ਅਤੇ ਉਹ ਵੀ ਉਹਨੇ ਆਪਾਂ ਨੂੰ ਦੇ ਦੇਣੇ। ਅਤੇ ਜਿਹੜੀ ਆਹ ਗਲਾਈ ਪਾਈ ਆ ਇਹਦੇ 'ਤੇ ਆਪਣੇ ਮਗਰਿਆੜ ਦਾ ਅੱਗੇ ਨੂੰ ਥੱਲੇ ਨੂੰ ਲੈ ਕੇ ਆਉਣਾ ਬੇਸ ਬਣਨ ਗੋਲ ਮਗਰਿਆੜ ਬਣਨੇ ਨੇ ਤਿਆਰ ਹੋਣੇ ਨੇ, ਅਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਪਾਏਦਾਨ ਤਿਆਰ ਨੇ। ਅਤੇ ਬਾਕੀ ਜੇ ਬੈਟਰੀ ਬਕਸਾ ਵਗੈਰਾ ਜੇ ਉਹ ਥੱਲੇ ਲੱਗਣਾ ਗਾ ਅਤੇ ਟੈਂਕੀ ਉਹਦਾ ਕੰਮ ਅਜੇ ਪੈਂਡਿੰਗ ਆ। ਅਤੇ ਇੱਥੋਂ ਵੀ ਕੈਬਨ ਨੂੰ ਜਿਹੜਾ ਫੰਨ ਵਾਲਾ ਬੇਸ ਆ ਉਹ ਵੀ ਬਹੁਤ ਹੈਵੀ ਲਾਇਆ ਗਿਆ, ਉਹ ਵੀ ਉੱਦਾਂ ਹੀ ਜਿੱਦਾਂ ਪਿੱਛੇ ਪੈਰ ਲਾਏ ਗਏ ਨੇ ਜੰਪ ਵਗੈਰਾ ਦੇਣ ਨੂੰ ਉੱਥੇ ਲਾਇਆ। ਆਹ ਤੁਸੀਂ ਦੇਖ ਸਕਦੇ ਹੋ ਦੋਨੋਂ ਪਾਸੇ ਬਹੁਤ ਹੈਵੀ ਕੁਆਲਿਟੀ ਦਾ ਮਟੀਰੀਅਲ ਲਾ ਕੇ ਇਹਨੂੰ ਫਿੱਟ ਕੀਤਾ ਗਿਆ ਗਾ। ਬਾਕੀ ਫਰੰਟ ਲੁੱਕ ਦਾ ਅਜੇ ਤਾਂ ਕੁਛ ਕਹਿ ਨਹੀਂ ਸਕਦੇ। ਅਤੇ ਜਿਹੜੀ ਆਪਣੇ ਡੀਜ਼ਲ ਵਾਲੀ ਟੈਂਕੀ ਲੱਗਣੀ ਆ ਉਹ 50-75 ਵਾਲੀ ਇੱਥੇ ਲੱਗਣੀ ਆ ਥੱਲੇ, ਇਸ ਕਰਕੇ ਪਾਏਦਾਨਾਂ ਦਾ ਬੇਸ ਵਧਾਇਆ ਗਿਆ। ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਕੀ ਪਲੇਟਫਾਰਮ ਕਾਫੀ ਖੁੱਲ੍ਹਾ ਲੱਗਦਾ ਗਾ ਕਿਉਂਕਿ ਆਪਾਂ ਮਗਰਿਆੜ 2-2-3-3 ਇੰਚ ਬਾਹਰ ਨੂੰ ਕੱਢੇ ਨੇ। ਅਤੇ ਟਾਇਰਾਂ ਦੇ ਆਪਾਂ ਪਾਸੇ ਤੁਹਾਨੂੰ ਉਸ ਦਿਨ ਦੱਸਿਆ ਸੀਗਾ ਦਿਖਾਈ ਸੀ ਵੀਡੀਓ ਸੈਕਿੰਡ ਵੀਡੀਓ ਦੇ ਵਿੱਚ, ਅਤੇ ਟਾਇਰਾਂ ਦੇ ਪਾਸੇ ਆਪਾਂ ਬਾਹਰ ਕੱਢ ਤੇ ਘੁਮਾ ਕੇ। ਹਾਂਜੀ ਦੋਸਤੋ ਲਖਵੀਰ ਵੀਰ ਤਾਂ ਹੈ ਨਹੀਂ ਇੱਥੇ, ਅਤੇ ਅੱਜ ਆਪਾਂ ਇਹਨਾਂ ਨੂੰ ਸਮਾਨ ਦੇ ਚੱਲਦੇ ਹਾਂ ਅਤੇ ਜਿਹੜਾ ਕਿ ਆਪਣੇ ਉਹਦੇ ਉੱਪਰ ਲੱਗਣਾ ਗਾ ਕੈਬਨ ਦੇ ਵਿੱਚ।
ਅਤੇ ਆਹ ਪਾਇਨੀਅਰ ਦੇ ਓਰੀਜਨਲ ਸਪੀਕਰ ਨੇ ਵੀਰ ਜੀ 462 ਅਤੇ ਜਿਹੜੇ ਆਪਣੇ ਅੰਡਾ ਸੇਬ ਆਪਾਂ ਨੂੰ ਆਪਾਂ ਕਹਿ ਦਿੰਦੇ ਹਾਂ ਅਤੇ ਦੂਸਰੇ ਆਪਣੇ ਨੇਗੇ ਆਹ ਆਪਣੇ 6 ਇੰਚੀ ਦੀਆਂ ਜਾਲੀਆਂ ਨੇ ਜਿਹੜੀਆਂ ਆਪਾਂ ਐਕਸਟਰਾ ਲੈ ਕੇ ਆਏ ਹਾਂ ਅਤੇ ਆਹ ਆ ਗਿਆ ਆਪਣੇ ਕੈਮਰਾ ਜਿਹੜਾ ਕਿ ਆਪਾਂ ਫਿੱਟ ਕਰਨਾ ਹੈਗਾ ਬੈਕ ਆਪਾਂ ਚੀਜ਼ ਪਿੱਛੇ ਕੋਈ ਵੀ ਚੱਲਦੀ ਦੇਖ ਸਕਦੇ ਹਾਂ ਅਤੇ ਆਹ ਪੈਨਲ ਦੇ ਵਿੱਚ ਆਪਣੇ ਹੋਣੀਆਂ 9.5 ਵਾਲੀ LCD ਫਿੱਟ ਅਤੇ ਬਾਕੀ ਆਹ ਆ ਗਿਆ ਆਪਣੇ 6 ਇੰਚੀ ਸਪੀਕਰ ਅਤੇ ਜਿਹੜੇ ਕਿ ਪਾਇਨੀਅਰ ਕੰਪਨੀ ਦੇ ਨੇ ਅਤੇ ਕੈਮਰੇ ਵਗੈਰਾ ਦੀ ਜਿਹੜੀ ਆਪਣੇ ਫਿਟਿੰਗ ਦੀ ਲੀਡਾਂ ਨੇ ਜਾਂ ਕੁਛ ਵੀ ਆ ਗਈ ਆਪਣੀ LCD ਜਿਹ 'ਤੇ ਆਪਣਾ ਮਿਊਜ਼ਿਕ ਪਲੇਅਰ ਮਤਲਬ ਇੰਸਟਾਲ ਸਪੀਕਰ ਵਗੈਰਾ ਨੂੰ ਓਪਰੇਟ ਇਹ ਕਰੂਗੀ ਅਤੇ ਇਹ ਫੁੱਲੀ ਐਂਡਰਾਇਡ ਆ ਜਿਵੇਂ ਕਿਸੇ ਨੂੰ ਆਪਾਂ ਪਹਿਲੀ ਵੀਡੀਓ 'ਚ ਦੱਸਿਆ ਸੀਗਾ ਅਤੇ ਇਹਦੇ ਵਿੱਚ ਸਾਰੇ ਫੰਕਸ਼ਨ ਨੇ ਯੂਟਿਊਬ ਵਗੈਰਾ ਮੈਪ GPS ਨੈਟਵਰਕਸ ਅਤੇ ਇਹ ਚੀਜ਼ਾਂ ਨੇ ਇਹਦੇ ਵਿੱਚ ਹੀ ਨੇਗੀਆਂ ਅਤੇ ਇਹ ਆਪਾਂ ਅਤੇ ਦੂਸਰੀ ਜਿਹੜੀ ਆਪਾਂ ਫਿੱਟ ਕਰਾਉਣੀ ਆ ਉਹ ਆਪਣੀ ਕੈਮਰੇ ਵਾਲੀ ਵੀ ਆਪਣੀ ਪੈਨਾਸੋਨਿਕ ਦੀ ਹੋਈ ਆ ਅਤੇ HD ਹੈਗੀ ਅਤੇ ਇਹਦੇ ਵਿੱਚ ਕਾਫੀ ਫੰਕਸ਼ਨ ਨੇ ਮੀਨੂ ਵਗੈਰਾ ਦਿੱਤਾ ਹੋਇਆ ਜੋ ਜਦੋਂ ਆਪਾਂ ਇਹਦੀਆਂ ਸੈਟਿੰਗਾਂ ਕਰ ਸਕਦੇ ਹਾਂਗੇ ਪਾਵਰ ਆਫ ਸਿਸਟਮ ਵਗੈਰਾ ਵਾਲੇ ਅਤੇ ਵੀ ਮੂਡ ਆ ਅਤੇ ਬਾਕੀ ਇਹਦੇ ਬੈਕ ਸਾਈਡ ਤੋਂ ਕਾਫੀ ਵਧੀਆ ਫਿਟਿੰਗ ਆਉਣ ਲਈ ਅਤੇ ਸਪੀਕਰ ਵੀ ਹੈਗੇ ਮੈਨੂੰ ਲੱਗਦਾ ਅਤੇ ਜਿਹਦੇ ਤੋਂ ਆਪਾਂ ਕੈਮਰਾ ਫਿੱਟ ਕਰ ਸਕਦੇ ਹਾਂ ਆਵਾਜ਼ ਵੀ ਸੁਣ ਸਕਦੇ ਹਾਂ ਅਤੇ ਇਹ ਸਾਰੀਆਂ ਚੀਜ਼ਾਂ ਆਪਾਂ ਇਹਨਾਂ ਨੂੰ ਦੇ ਚੱਲੇ ਅੱਜ ਅਤੇ ਕਿਉਂਕਿ ਇਹਨਾਂ ਨੇ ਇਹ ਚੀਜ਼ਾਂ ਆਈਆਂ ਦੇ ਵਿੱਚ ਆਉਣ 'ਤੇ ਵਿੱਚੋਂ ਫਿਟਿੰਗ ਵਾਲਾ ਜਿਹੜਾ ਮੰਨ ਲਓ ਵੀ ਜਿੱਥੇ ਫਿੱਟ ਹੋਣੇ ਨੇ ਉਹ ਉਸ ਤਰ੍ਹਾਂ ਦੀਆਂ ਚੀਜ਼ਾਂ ਬਣਾਉਣੀਆਂ ਸੀਗੀਆਂ ਕਿਉਂਕਿ ਉਸ ਤਰ੍ਹਾਂ ਦੀਆਂ ਗਲਾਈਆਂ ਕੱਢਣੀਆਂ ਨੇ ਸਪੀਕਰਾਂ ਦੇ ਵਿੱਚ ਵੀ ਅੱਡੋ ਅੱਡ ਚੋਇਸ ਹੁੰਦੀ ਹੈ ਜਿਹੜੀਆਂ ਇਹਨਾਂ ਦੇ ਪਹਿਲਾਂ ਕੈਬਨਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਉਹ ਛੋਟੇ 6 ਇੰਚੀ ਸਪੀਕਰ ਨੇ ਅਤੇ ਆਪਾਂ ਆਪਣੀ ਚੋਇਸ 'ਤੇ 2 6 ਇੰਚੀ ਅਤੇ ਬਾਕੀ ਦੂਜੇ ਅੰਡਾ ਸੇਬ ਲਾਉਣੇ ਸੀਗੇ ਅਤੇ ਕਈ AC ਕੈਬਨਾਂ ਦੇ ਵਿੱਚ ਹੈ ਨਹੀਂ ਸਿਸਟਮ ਮੰਨ ਲਓ ਵੀ ਕਿਸੇ ਦੇ ਬੈਕ ਕੈਮਰੇ ਵਾਲਾ ਜਾਂ LCD ਲਗਾਈ ਵੀ ਨਹੀਂ ਉੱਦਾਂ ਆਮ ਨੋਰਮਲ ਮਿਊਜ਼ਿਕ ਪਲੇਅਰ ਲਵਾਏ ਵੀ ਨੇ ਅਤੇ ਆਪਾਂ ਇਹ ਮਿਊਜ਼ਿਕ ਪਲੇਅਰ ਜਿਹੜਾ ਸੀਗਾ ਉਹ ਐਂਡਰੋਇਡ ਲਵਾਇਆ ਅਤੇ ਬਾਕੀ ਆ ਦੂਸਰਾ ਚਲੋ ਬਾਕੀ ਇਹਨਾਂ ਨੂੰ ਆਪਾਂ ਸਮਾਨ ਦੇ ਚੱਲੇ ਅਤੇ ਦੇਖ